ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਅੱਜ ਦੀ ਵੀਡੀਓ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ 'ਚ ਆਪਾਂ ਪੰਗੋਲ ਯਾਨੀ ਕਿ ਜੀਓਗ੍ਰਾਫੀ ਦੇ অতি ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ ਜਿਹੜੇ ਕੀ ਵਲਅਰ ਕੁਐਸਚਨ ਹੋਣਗੇ ਤੇ ਮਿਕਸਡ ਹੋਣਗੇ ਇਸ ਵੀਡੀਓ ਦਾ ਫਰਸਟ ਪਾਰਟ ਰਹੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਟਾਈਮ ਨਾਲ ਮਿਲ ਸਕੇ ਹਾਂਜੀ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਫਰਸਟ ਕੁਐਸਚਨ ਦਿੱਤਾ ਹੋਇਆ ਹੈ ਜਨਮ ਦਰ ਕੀ ਹੁੰਦੀ ਹੈ ਤਾਂ ਇੱਕ ਸਾਲ ਵਿੱਚ 1000 ਵਿਅਕਤੀਆਂ ਪਿੱਛੇ ਜਿਉਂਦੇ ਬੱਚਿਆਂ ਦਾ ਜਨਮ ਲੈਣਾ ਕੀ ਅਖੌਂਦਾ ਜੀ ਜਨਮ ਦਰ ਨੈਕਸਟ ਕੁਐਸ਼ਨ ਹੈਗਾ ਮੌਤ ਦਰ ਕੀ ਹੁੰਦੀ ਹੈ ਤਾਂ ਮੌਤ ਦਰ ਇੱਕ ਸਾਲ ਵਿੱਚ 1000 ਵਿਅਕਤੀਆਂ ਪਿੱਛੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਨੂੰ ਕੀ ਕਿਹਾ ਜਾਂਦਾ ਹੈ ਮੌਤ ਦਰ ਨੈਕਸਟ ਕੁਐਸ਼ਨ ਹੈਗਾ ਕੁਦਰਤੀ ਵਾਧਾ ਦਰ ਕੀ ਹੁੰਦੀ ਹੈ ਕੁਦਰਤੀ ਵਾਧਾ ਦਰ ਕੀ ਹੁੰਦੀ ਹੈ ਤਾਂ ਇੱਕ ਸਾਲ ਵਿੱਚ ਜਨਮ ਅਤੇ ਮੌਤ ਦੇ ਅੰਤਰ ਨੂੰ ਆਪਾਂ ਕੀ ਕਹਿੰਦੇ ਹਾਂ ਕੁਦਰਤੀ ਵਾਧਾ ਦਰ ਨੈਕਸਟ ਕੁਐਸ਼ਨ ਹੈਗਾ ਜੀ ਪੰਜਾਬ ਰਾਜ ਵਿੱਚ 10 ਸਾਲ ਦੇ ਸਮੇਂ ਦੌਰਾਨ ਵਸੂ ਵਾਦਾ ਦਰ ਡੈਸ਼ ਪ੍ਰਤੀਸ਼ਤ ਸੀ ਤਾਂ ਕਿੰਨੇ ਪਰਸੈਂਟ ਸੀ ਜੀ 13.9% 2001 ਤੋਂ ਲੈ ਕੇ 2011 ਤੱਕ ਵਸੂ ਵਾਦਾ ਦਰ ਕਿੰਨੇ ਪਰਸੈਂਟ ਸੀ 13.9% ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 2011 ਦੀ ਜਨਗਣਨਾ ਅਨੁਸਾਰ ਰਾਜਸਥਾਨ ਵਿੱਚ 1000 ਲੜਕਿਆਂ ਪਿੱਛੇ ਕਿੰਨੀਆਂ ਕੁੜੀਆਂ ਹਨ ਤਾਂ ਰਾਜਸਥਾਨ ਵਿੱਚ 1000 ਲੜਕਿਆਂ ਪਿੱਛੇ 928 ਕੁੜੀਆਂ ਹਨ ਨੈਕਸਟ ਕੁਐਸਚਨ ਹੈਗਾ ਜੀ 2011 ਦੀ ਜਨਗਣਨਾ ਅਨੁਸਾਰ ਕੇਰਲ ਵਿੱਚ 1000 ਲੜਕਿਆਂ ਪਿੱਛੇ ਕਿੰਨੀਆਂ ਕੁੜੀਆਂ ਹਨ ਤਾਂ 2011 ਦੀ ਜਨਗਣਨਾ ਅਨੁਸਾਰ ਕੇਰਲ ਵਿੱਚ 1000 ਲੜਕਿਆਂ ਪਿੱਛੇ 1085 ਕੁੜੀਆਂ ਹਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ 2011 ਦੀ ਜਨਗਣਨਾ ਅਨੁਸਾਰ ਹਰਿਆਣਾ ਵਿੱਚ 1000 ਲੜਕਿਆਂ ਪਿੱਛੇ ਕਿੰਨੀਆਂ ਕੁੜੀਆਂ ਹਨ ਤਾਂ ਹਰਿਆਣਾ ਵਿੱਚ 1000 ਲੜਕਿਆਂ ਪਿੱਛੇ 879 ਕੁੜੀਆਂ ਹਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਕੁੱਲ ਆਬਾਦੀ ਦੀ ਡੈਸ਼ ਪਰਸੈਂਟ ਆਬਾਦੀ ਸਾਖਰ ਯਾਨੀ ਕਿ ਪੜ੍ਹੇ ਲਿਖੀ ਹੈ ਤਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਕੁੱਲ ਆਬਾਦੀ ਦੀ 75.8 ਪਰਸੈਂਟ ਆਬਾਦੀ ਜਿਹੜੀ ਪੜ੍ਹੇ ਲਿਖੀ ਹੈ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਇਹ ਜੋ ਵੀ ਕੁਐਸਚਨ ਮੈਂ ਕਰਾ ਰਿਹਾ ਇਹ ਸਾਰੇ ਵੈਰੀ ਵੈਰੀ ਇੰਪੋਰਟੈਂਟ ਨੇ ਨੈਕਸਟ ਕੁਐਸਚਨ ਵੱਲ ਚਲਦੇ ਆ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਸਾਖਰਤਾ ਦਰ 73% ਸੀ ਜਿਹੜੀ ਕਿ 2001 ਤੋਂ ਡੈਸ਼ ਪਰਸੈਂਟ ਵੱਧ ਗਈ ਸੀ ਤਾਂ ਕਿੰਨੇ ਪਰਸੈਂਟ ਵੱਧ ਗਈ ਸੀ 8.2% ਨੈਕਸਟ ਕੁਐਸਚਨ ਵੱਲ ਚਲਦੇ ਆ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 2011 ਦੀ ਜਨਗਣਨਾ ਅਨੁਸਾਰ ਭਾਰਤ 'ਚੇ ਮਰਦਾਂ ਦੀ ਸ਼ਖਰਤਾ ਦਰ 80.9% ਸੀ ਜਦਕਿ ਔਰਤਾਂ ਦੀ ਸ਼ਖਰਤਾ ਦਰ ਡੈਸ਼% ਸੀ ਕਿੰਨੇ ਪਰਸੈਂਟ ਸੀ ਜੀ 64.6% ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਸ਼ਖਸ਼ਾ ਦਰ ਵਿੱਚ ਸਭ ਤੋਂ ਮੋਹਰੀ ਰਾਜ ਕਿਹੜਾ ਸੀ ਤਾਂ ਭਾਰਤ ਦੀ ਸ਼ਖਰਤਾ ਦਰ ਵਿੱਚ ਸਭ ਤੋਂ ਮੋਹਰੀ ਰਾਜ ਕਿਹੜਾ ਸੀ ਕੇਰਲ ਨੈਕਸਟ ਕੁਐਸਚਨ ਵੱਲ ਚਲਦੇ ਆ ਹਾਂਜੀ ਨੈਕਸਟ ਕੁਐਸ਼ਨ ਹੈਗਾ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਸਾਖਰਤਾ ਦਰ ਵਿੱਚ ਸਭ ਤੋਂ ਮੋਰੀ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ਤਾਂ ਸਭ ਤੋਂ ਮੋਰੀ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈਗਾ ਜੀ ਲક્ષਦੀਪ ਜਿੰਦੀ ਸਾਖਰਤਾ ਦਰ ਕਿੰਨੀ ਹੈਗੀ ਹੈ 91.8% ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹੈਗਾ ਜੀ ਨੈਕਸਟ ਕੁਐਸ਼ਨ ਵੱਲ ਚੱਲਦੇ ਆ ਨੈਕਸਟ ਕੁਐਸ਼ਨ ਹੈਗਾ 2011 ਦੀ ਜਨਗਣਨਾ ਅਨੁਸਾਰ ਪੰਜਾਬ ਆਪਣੀ ਸਾਖਰਤਾ ਦਰ 75.8% ਨਾਲ ਭਾਰਤ ਵਿੱਚ ਕਿਹੜੇ ਸਤੰਤ ਹੈ ਤਾਂ ਕਿੰਵੇਂ ਸਤੰਤ ਹੋਏਗਾ ਜੀ 14ਵੇਂ ਸਤੰਤ ਹੋਏਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਔਰਤਾਂ ਦੀ ਸਾਖਰਤਾ ਦਰ ਵਿੱਚ ਸਭ ਤੋਂ ਪਛੜਿਆ ਰਾਜ ਕਿਹੜਾ ਹੈਗਾ ਤਾਂ ਸਭ ਤੋਂ ਪਛੜਿਆ ਰਾਜ ਕਿਹੜਾ ਹੈਗਾ ਜੀ Rajasthan ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 2011 ਦੀ ਜਨਗਣਨਾ ਅਨਸਾਰ ਭਾਰਤ ਦੀ 53% ਤੋਂ ਜ਼ਿਆਦਾ ਆਬਾਦੀ ਕੇਵਲ ਡੈਸ਼ ਨੂੰ ਕਿਤੇ ਵਜੋਂ ਕਰ ਰਹੀ ਹੈ ਤਾਂ ਕਿਸ ਨੂੰ ਕਰ ਰਹੀ ਹੈ ਜੀ ਖੇਤੀ ਨੂੰ ਭਾਰਤ ਦੀ 53% ਤੋਂ ਜ਼ਿਆਦਾ ਆਬਾਦੀ ਜਿਹੜੀ ਕੇਵਲ ਖੇਤੀ ਨੂੰ ਕਿਤੇ ਵਜੋਂ ਕਰ ਰਹੀ ਹੈ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਪੰਜਾਬ ਦੇ ਵੱਸੂ ਕਣਤਾ ਦੇ ਆਧਾਰ ਉੱਤੇ ਪਹਿਲੇ ਤਿੰਨ ਜ਼ਿਲ੍ਹਿਆਂ ਦੇ ਨਾਂ ਦੱਸੋ ਜਿਹੜੇ ਘੜਤੇ ਕਰਾਂ ਵਿੱਚ ਹਨ ਹਾਂਜੀ ਕਿਹੜੇ ਨੇ ਅੰਮ੍ਰਿਤਸਰ ਸਾਬਜਾਦਾ ਅਜੀਤ ਸਿੰਘ ਨਗਰ ਤੇ ਜਲੰਧਰ ਹਾਂਜੀ ਫਿਰ ਤੋਂ ਰਿਪੀਟ ਕਰ ਦਨੇ ਆ ਪੰਜਾਬ ਦੇ ਵਸੂ ਕਣਤਾ ਦੇ ਆਧਾਰ ਉੱਤੇ ਪਹਿਲੇ ਤਿੰਨ ਜ਼ਿਲ੍ਹਿਆਂ ਦੇ ਨਾਂ ਕੜਦੇ ਕਰਮ ਵਿੱਚ ਲਿਖੋ ਤਾਂ ਫਸਟ ਹੈਗਾ ਅੰਮ੍ਰਿਤਸਰ ਸੈਕਿੰਡ ਹੈਗਾ ਸਾਬਜਾਦਾ ਅਜੀਤ ਸਿੰਘ ਨਗਰ ਤੇ ਥਰਡ ਦਿੱਤਾ ਜੀ ਜਲੰਧਰ ਨੈਕਸਟ ਕੁਐਸਚਨ ਹੈਗਾ ਭਾਰਤ ਵਿੱਚ ਖੇਤੀਬਾੜੀ ਦੀਆਂ ਤਿੰਨ ਫਸਲਾਂ ਦੀਆਂ ਤਿੰਨ ਕਿਹੜੀਆਂ-ਕਿਹੜੀਆਂ ਰੁੱਤਾਂ ਹਨ ਭਾਰਤ ਵਿੱਚ ਖੇਤੀਬਾੜੀ ਦਿਆਂ ਤਿੰਨ ਫਸਲਾਂ ਦੀਆਂ ਤਿੰਨ ਕਿਹੜੀਆਂ-ਕਿਹੜੀਆਂ ਰੁੱਤਾਂ ਹਨ ਤੇ ਕਿਹੜੀ ਨੇ ਫਸਦ ਦਿੱਤੀ ਹੈ ਰਬੀ ਜਿਹਨੂੰ ਹਾੜੀ ਕਹਿੰਦੇ ਨੇ ਸੈਕੰਡ ਹੈਗਾ ਖਰੀਫ ਸਾਵਣੀ ਤੇ ਥਰਡ ਦਿੱਤੀ ਹੈ ਜੈਦ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਹੈਗਾ ਖਰੀਫ ਦੀਆਂ ਫਸਲਾਂ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਖਰੀਫ ਦੀਆਂ ਫਸਲਾਂ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਤਾਂ ਜੂਨ ਤੇ ਜੁਲਾਈ ਵਿੱਚ ਨੈਕਸਟ ਕੁਐਸਚਨ ਹੈਗਾ ਜੀ ਆ ਵੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਰਬੀ ਦੀਆਂ ਫਸਲਾਂ ਦੀ ਬਿਜਾਈ ਕਦੋਂ ਹੁੰਦੀ ਹੈ ਹਾਂਜੀ ਰਬੀ ਦੀਆਂ ਫਸਲਾਂ ਦੀ ਬਿਜਾਈ ਕਦੋਂ ਹੁੰਦੀ ਹੈ ਤਾਂ ਇਹ ਹੁੰਦੀ ਹੈ ਜੀ ਨਵੰਬਰ ਵਿੱਚ ਨਵੰਬਰ ਵਿੱਚ ਰਬੀ ਦੀਆਂ ਫਸਲਾਂ ਦੀ ਬਿਜਾਈ ਹੁੰਦੀ ਹੈ ਨੈਕਸਟ ਕੁਐਸਚਨ ਹੈਗਾ ਚੋਲਾ ਦੇ ਉਤਪਾਦਨ ਵਿੱਚ ਭਾਰਤ ਡੈਸ਼ ਦੇਸ਼ ਤੋਂ ਉਪਰੰਤ ਦੂਜੇ ਸਥਾਨ ਤੇ ਹੈਗਾ ਹਾਂਜੀ ਪਹਿਲੇ ਸਥਾਨ ਤੇ ਕਿਹੜਾ ਦੇਸ਼ ਹੈਗਾ ਚੀਨ ਤੇ ਭਾਰਤ ਕਿਹੜੇ ਸਥਾਨ ਤੇ ਹੈਗਾ ਦੂਜੇ ਸਥਾਨ ਤੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਆਪਣਾ ਨੈਕਸਟ ਕੁਐਸ਼ਨ ਹੈਗਾ ਕਣਕ ਦਾ ਸਭ ਤੋਂ ਵੱਧ ਉਤਪਾਦਨ ਭਾਰਤ ਦਾ ਕਿਹੜਾ ਰਾਜ ਕਰਦਾ ਹੈ ਤਾਂ ਇਸ ਦਾ ਆਨਸਰ ਹੋਵੇਗਾ ਉੱਤਰ ਪ੍ਰਦੇਸ਼ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਨੈਕਸਟ ਕੁਐਸ਼ਨ ਦਿੱਤਾ ਹੈ ਖਰੀਫ ਦੀ ਫਸਲ ਵਿੱਚ ਬੀਜੇ ਜਾਣ ਵਾਲੇ ਮੋٹے ਅਨਾਜ ਕਿਹੜੇ-ਕਿਹੜੇ ਹਨ ਤਾਂ ਖਰੀਫ ਦੀ ਫਸਲ ਵਿੱਚ ਬੀਜੇ ਜਾਣ ਵਾਲੇ ਮੋٹے ਅਨਾਜ ਨੇ ਜਵਾਰ ਬਾਜਰਾ ਗੁਵਾਰਾ ਤੇ ਮੱਕੀ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸ਼ਨ ਦਿੱਤਾ ਹੈ ਕਪਾਹ ਦੀ ਪੈਦਾਵਾਰ ਵਿੱਚ ਭਾਰਤ ਦੇ ਦੋ ਮੁਹਰੀ ਸੂਬੇ ਕਿਹੜੇ ਹਨ ਤਾਂ ਕਿਹੜੇ ਰਾਜ ਨੇ ਗੁਜਰਾਤ ਤੇ ਮਹਾਰਾਸ਼ਟਰ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਦਿੱਤਾ ਹੈ ਭਾਰਤ ਵਿੱਚ ਸੰਸਾਰ ਦੇ ਕੁੱਲ ਲੋਹਾ ਤਾਤ ਭੰਡਾਰ ਦਾ ਡੈਸ਼ ਹਿੱਸਾ ਮੌਜੂਦ ਹੈਗਾ ਤਾਂ ਭਾਰਤ ਵਿੱਚ ਸੰਸਾਰ ਦੇ ਕੁੱਲ ਲੋਹਾ ਤਾਤ ਭੰਡਾਰ ਦਾ ਕਿੰਨਾ ਹਿੱਸਾ ਮੌਜੂਦ ਹੈਗਾ 1 ਚੌਥਾਈ ਹਿੱਸਾ ਜਿਹੜਾ ਮੌਜੂਦ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਹੈਗਾ ਜੀ ਵਧੀਆ ਵਨਗੀਆਂ ਦੇ ਕੱਚੇ ਲੋਹੇ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ਜੋ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ ਤੇ ਕਿਹੜੇ-ਕਿਹੜੇ ਨੇ ਦੋ ਕਿਸਮਾਂ ਹੈ ਮੈਟਾਇਟ ਤੇ ਮੈਗਨੇਟਾਈਟ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਜੀ ਮੈਟਾਇਟ ਲੋਹਾ ਮੁੱਖ ਤੌਰ ਤੇ ਕਿੱਥੇ-ਕਿੱਥੇ ਮਿਲਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਕਿੱਥੇ-ਕਿੱਥੇ ਮਿਲਦਾ ਜੀ ਬਿਹਾਰ ਝਾਰਖੰਡ ਤੇ ਉੜੀਸਾ ਨੈਕਸਟ ਕੁਐਸਚਨ ਹੈਗਾ ਮੈਗਨੇਟਾਈਟ ਲੋਹਾ ਡੈਸ਼ ਟਟ ਦੇ ਨਾਲ ਨਾਲ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਮਿਲਦਾ ਹੈ ਹਾਂਜੀ ਡੈਸ਼ ਦੀ ਥਾਂ ਤੇ ਕੀ ਆਵੇਗਾ ਪੱਛਮੀ ਟਟ ਦੇ ਨਾਲ ਨਾਲ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਮਿਲਦਾ ਹੈ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਮੈਗਨੀਜ਼ ਦੇ ਉਤਪਾਦਨ ਵਿੱਚ ਭਾਰਤ ਦਾ ਕਿਹੜਾ ਰਾਜ ਸਭ ਤੋਂ ਮੋਹਰੀ ਹੈਗਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਤਾਂ ਕਿਹੜਾ ਰਾਜ ਹੈਗਾ ਜੀ 오ਡੀਸਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਮੈਗਨੀਜ਼ ਦੇ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਚ ਕਿੰਵਾਂ ਨੰਬਰ ਹੈਗਾ ਤੇ ਕਿੰਵਾਂ ਨੰਬਰ ਹੈਗਾ ਚੌਥਾ ਨੰਬਰ ਹੈਗਾ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਡੈਸ਼ ਖਣਿਜ ਵਿੱਚ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਤਾਂ ਕਿੰਨੇ ਦੇ ਵਿੱਚ ਹੈਗਾ ਜੀ ਅਬਰਕ ਵਿੱਚ ਇੱਥੇ ਅਕਬਰ ਦਿੱਤਾ ਹੋਇਆ ਹੈ ਇਹਨੂੰ ਤੁਸੀਂ ਅਬਰਕ ਕਰ ਲਓ ਹਾਂਜੀ ਅਬਰਕ ਖਣਿਜ ਵਿੱਚ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਐਸਚਨ ਹੈਗਾ ਬਾਕਸਾਈਟ ਦੀ ਕੱਚੀ ਤਾਤੋਂ ਡੈਸ਼ ਤਿਆਰ ਕੀਤਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਬਾਕਸਾਈਟ ਦੀ ਕੱਚੀ ਤਾਤੋਂ ਐਲੂਮੀਨੀਅਮ ਜਿਹੜਾ ਪ੍ਰਾਪਤ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਹੈਗਾ ਬਾਕਸਾਈਟ ਦੇ ਮੁੱਖ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ਇਹ ਵੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਤੇ ਕਿਹੜੇ-ਕਿਹੜੇ ਨੇ ਜੀ ਆਂਧਰਾ ਪ੍ਰਦੇਸ਼ ਬਿਹਾਰ ਝਾਰਖੰਡ ਤੇ ਗੋਆ ਨੈਕਸਟ ਕੁਐਸ਼ਨ ਵੱਲ ਚਲਦੇ ਆਂ ਨੈਕਸਟ ਕੁਐਸ਼ਨ ਦਿੱਤਾ ਆ ਹੈ ਭਾਰਤ ਵਿੱਚ ਤਾਂਬਾ ਮੁੱਖ ਰੂਪ ਵਿੱਚ ਕਿੱਥੇ-ਕਿੱਥੇ ਨਿਕਲਦਾ ਹੈ ਹਾਂਜੀ ਇਹ ਵੀ ਕੁਐਸ਼ਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਤਾਂ ਕਿ ਚਲ ਕਿੱਥੇ-ਕਿੱਥੇ ਨਿਕਲਦਾ ਹੈ ਜੀ ਫਸ ਦਿੱਤਾ ਹੈ ਬਿਜਲੀ ਸਿੰਘ ਪੂਮ ਜਿਹੜਾ ਚਾਰਖੰਡ ਵਿੱਚ ਹੈਗਾ ਸੈਕੰਡ ਹੈਗਾ ਬਾਲਾ ਕਾਟ ਜਿਹੜਾ ਮੱਧਿਆ ਪ੍ਰਦੇਸ਼ ਵਿੱਚ ਹੈਗਾ ਤੇ 3rd ਦਿੱਤਾ ਹੈ ਚੁੰਜਨੋ ਅਤੇ ਅਲਵਰ ਜਿਹੜਾ ਰਾਜਸਥਾਨ ਵਿੱਚ ਹੈਗਾ ਨੈਕਸਟ ਕੁਐਸ਼ਨ ਵੱਲ ਚਲਦੇ ਆਂ ਜੀ ਨੈਕਸਟ ਕੁਐਸ਼ਨ ਦਿੱਤਾ ਹੋਇਆ ਹੈ ਭਾਰਤ ਦੀ ਕਿਹੜੀ ਖਾਣ ਸੋਨੇ ਲਈ ਪ੍ਰਸਿੱਧ ਹੈ ਤੇ ਇਹ ਕਿਸ ਰਾਜ ਵਿੱਚ ਹੈਗੀ ਹੈ ਹਾਂਜੀ ਭਾਰਤ ਦੀ ਕਿਹੜੀ ਖਾਣ ਸੋਨੇ ਲਈ ਪ੍ਰਸਿੱਧ ਹੈਗੀ ਹੈ ਤੇ ਕਿਹੜੇ ਰਾਜ ਵਿੱਚ ਹੈਗੀ ਹੈ ਤਾਂ ਕੋਲਾਰ ਫੀਲਡ ਖਾਣ ਜਿਹੜੀ ਕਿ ਕਰਨਾਟਕ ਵਿੱਚ ਹੈਗੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਹੈਗਾ ਮੁੰਬਈ ਬੰਦਰਗਾਹ ਕਿਸ ਪ੍ਰਕਾਰ ਦੀ ਬੰਦਰਗਾਹ ਹੈ ਤੇ ਇਹ ਕਿਸ ਰਾਜ ਵਿੱਚ ਸਥਿਤ ਹੈਗੀ ਹੈ ਵੈਰੀ ਵੈਰੀ ਇੰਪੋਰਟੈਂਟ ਹੈਗਾ ਤੇ ਮੁੰਬਈ ਬੰਦਰਗਾਹ ਕਿਸ ਤਰਾਦੀ ਬੰਦਰਗਾਹ ਕੁਦਰਤੀ ਬੰਦਰਗਾਹ ਤੇ ਕਿਸ ਰਾਜ ਵਿੱਚ ਹੈਗੀ ਹੈ ਜੀ ਮਹਾਰਾਸ਼ਟਰ ਵਿੱਚ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਕਾਂਡਲਾ ਬੰਦਰਗਾਹ ਕਿਸ ਪ੍ਰਕਾਰ ਦੀ ਬੰਦਰਗਾਹ ਹੈ ਤੇ ਇਹ ਕਿਸ ਰਾਜ ਵਿੱਚ ਹੈਗੀ ਹੈ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਕਾਂਡਲਾ ਬੰਦਰਗਾਹ ਕਿਹੜੀ ਹੈਗੀ ਹੈ ਜਿਵਾਰੀ ਬੰਦਰਗਾਹ ਹੈਗੀ ਹੈ ਤੇ ਕਿਹੜੇ ਰਾਜ ਵਿੱਚ ਹੈਗੀ ਹੈ ਜੀ ਗੁਜਰਾਤ ਵਿੱਚ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੈ ਕੋਚੀਨ بندرਗਾ ਕਿਸ ਪ੍ਰਕਾਰ ਦੀ بندرਗਾ ਹੈ ਤੇ ਇਹ ਕਿਸ ਰਾਜ ਵਿੱਚ ਹੈ ਤਾਂ ਕੋਚੀਨ بندرਗਾ ਕੁਦਰਤੀ بندرਗਾ ਹੈ ਤੇ ਕਿਹੜੇ ਰਾਜ ਵਿੱਚ ਹੈਗੇ ਜੀ ਕੇਰਲ ਵਿੱਚ ਇਹ ਵੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਨੈਕਸਟ ਕੁਐਸਚਨ ਵੀ ਇੰਪੋਰਟੈਂਟ ਹੈਗਾ ਜੀ ਚੇਨਈ بندرਗਾ ਕਿਸ ਪ੍ਰਕਾਰ ਦੀ بندرਗਾ ਹੈ ਤੇ ਇਹ ਕਿਸ ਰਾਜ ਵਿੱਚ ਹੈਗੀ ਹੈ ਤਾਂ ਚੇਨਈ بندرਗਾ ਜਿਹੜੀ ਬਨਾਵਟੀ بندرਗਾ ਹੈਗੀ ਹੈ ਤੇ ਇਹ ਕਿਹੜੇ ਰਾਜ ਵਿੱਚ ਹੈਗੀ ਹੈ ਤਾਮਿਲਨਾਡੂ ਵਿੱਚ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ विशाखापटनम बंदरगाह किस प्रकार की बंदरगाह है तो यह किस राज हैगी है विशाखापटनम जी है कुदरती बंदरगाह है राज हैगी है आंध्र प्रदेश हाँ जी अज का लास्ट क्वेश्चन कर जा रहा हल्दिया बंदरगाह किस प्रकार की बंदरगाह है किस राज्य राज स्थित हैगी है हाँ जी हल्दिया बंदरगाह जी बनावटी बंदरगाह है तो यह पछ्छी बंगाल स्थित हैगी है ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਉਹ ਵੀ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜੜੀ ਟਾਈਮ ਨਾਲ ਮਿਲ ਸਕੇ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ